ਹਾਂ ਜੀ, ਤੁਸੀਂ ਵੇਖ ਰਹੇ ਹੋ HMBMCVP ਡਿਪਾਰਟਮੈਂਟ। ਮੈਂ ਹਾਂ ਤੁਹਾਡੇ ਨਾਲ ਰੀਆ ਖੁਰਾਨਾ, ਅਤੇ ਅੱਜ ਸਾਡੇ ਨਾਲ ਰੂਬਰੂ ਹੋਣ ਜਾ ਰਹੇ ਨੇ ਪੰਜਾਬ ਦੀ ਬਹੁਤ ਹੀ ਜਾਨੀ ਮਾਨੀ ਸ਼ਖਸੀਅਤ, ਜਿਨ੍ਹਾਂ ਨੇ ਪੰਜਾਬੀ ਸਾਹਿਤ ਦੇ ਕਿੱਤੇ ਵਿੱਚ ਬਹੁਤ ਹੀ ਮਾਣ ਸਨਮਾਨ ਕਮਾਇਆ ਹੈ। ਜੀ ਹਾਂ, ਮੈਂ ਗੱਲ ਕਰ ਰਹੀ ਹਾਂ ਮਦਨ ਵੀਰਾ ਜੀ ਦੀ। ਸਤਿ ਸ਼੍ਰੀ ਅਕਾਲ ਸਰ, ਸਵਾਗਤ ਹੈ ਤੁਹਾਡਾ ਸਾਡੇ ਕਾਲਜ ਵਿੱਚ। ਸਰ, ਮੈਂ ਪੁੱਛਣਾ ਚਾਹੂੰਗੀ ਕਿ ਤੁਹਾਡਾ ਪੰਜਾਬੀ ਸਾਹਿਤ ਵਿੱਚ ਸਫ਼ਰ ਕਿਵੇਂ ਸ਼ੁਰੂ ਹੋਇਆ, ਤੁਹਾਡਾ ਪ੍ਰੇਰਨਾ ਸਰੋਤ ਕੌਣ ਸੀਗਾ ਪੰਜਾਬੀ ਸਾਹਿਤ ਦੇ ਕਿੱਤੇ 'ਚ? ਪਰਿਵਾਰਕ ਤੌਰ 'ਤੇ ਮੈਂ ਜਿਸ ਪਰਿਵਾਰ ਨਾਲ ਸੰਬੰਧ ਰੱਖਦਾ ਸੀ ਉਹਦੇ ਵਿੱਚ ਸਿੱਖਿਆ ਜਾਂ ਸਾਹਿਤ ਵਰਗੀ ਕੋਈ ਗੱਲ ਨਹੀਂ ਸੀ। ਇੱਕ ਤਰ੍ਹਾਂ ਆਮ ਸਧਾਰਨ ਪਰਿਵਾਰ ਸੀ ਜਿਹੜਾ ਬਸ ਰੋਜ਼ੀ ਰੋਟੀ ਦੇ ਵਸੀਲਿਆਂ 'ਚ ਉਲਝਿਆ ਹੋਇਆ ਸੀ, ਅਤੇ ਪਰ ਸਰੀਰਕ ਤੌਰ 'ਤੇ ਪਰਿਵਾਰ ਦੇ ਲੋਕ ਜਿਹੜੇ ਤਕੜੇ ਸੀ, ਇਸੇ ਕਰਕੇ ਕਈ ਮੇਰੇ ਚਾਚੇ ਤਾਏ ਜਿਹੜੇ ਉਹ ਫੌਜ ਵਿੱਚ ਸੀਗੇ, ਅਤੇ ਮੇਰੇ ਚਾਚੇ ਤਾਏ ਦੇ ਲੜਕੇ ਵੀ ਫੌਜ ਸੀ, ਅਤੇ ਉਹਨਾਂ ਦੀ ਆਪਣੀ ਵੀ ਇੱਛਾ ਸੀ ਕਿ ਮੈਂ ਵੀ ਬਲਸ਼ਾਲੀ ਹੋਵਾਂ, ਤਕੜਾ ਹੋਵਾਂ, ਪਰ ਮੈਂ ਆਪਣੇ ਆਪ ਨੂੰ ਉਹਨਾਂ ਦੇ ਮੁਕਾਬਲੇ ਬਹੁਤ ਕਮਜ਼ੋਰ ਸਮਝਦਾ ਸੀ। ਸੋ ਮੈਨੂੰ ਸੀਗਾ ਕਿ ਮੈਂ ਥੋੜ੍ਹਾ ਜਿਹਾ ਸੰਗਾਊ ਸੁਭਾਅ ਦਾ ਹੋਣ ਕਰਕੇ ਲਿਖਣ ਪੜ੍ਹਨ ਵਾਲੇ ਪਾਸੇ ਪੈ ਗਿਆ, ਜਦਕਿ ਪਰਿਵਾਰ ਦੇ ਬਾਕੀ ਮੈਂਬਰ ਜਿਹੜੇ ਸੀ ਉਹ ਉਹਨਾਂ ਦੇ ਕਿੱਤੇ ਆਪਣੇ ਕਿੱਤਿਆਂ ਦੀ ਚੋਣ ਵਿੱਚ ਉਹ ਮੇਰੇ ਤੋਂ ਵੱਖਰੇ ਸੀ। ਅਤੇ ਪੜ੍ਹਦਾ ਪੜ੍ਹਦਾ ਮਤਲਬ ਕਿਸੇ ਸਮੇਂ ਮੇਰੇ ਮਨ 'ਚ ਇਹੋ ਜਿਹੀ ਗੱਲ ਆ ਗਈ ਕਿ ਇਹੋ ਜਿਹੀਆਂ ਚੀਜ਼ਾਂ ਜਿਹੜੀਆਂ ਮੇਰੇ ਆਲੇ ਦੁਆਲੇ ਵਾਪਰ ਰਹੀਆਂ ਉਹ ਮੈਂ ਨੋਟ ਕਰਾਂ। ਉਹਨਾਂ ਨੂੰ ਨੋਟ ਕਰਦਾ ਕਰਦਾ ਕਿਤੇ ਨਾ ਕਿਤੇ ਮੈਂ ਕਵਿਤਾ ਵਾਲੇ ਪਾਸੇ ਆ ਗਿਆ। ਸਰ, ਤੁਸੀਂ ਅੱਜ ਧੀਆਂ ਦੇ ਵਿਹੜੇ ਆਏ ਹੋ, ਸਾਡਾ HMB ਕਾਲਜ ਕੁੜੀਆਂ ਦਾ ਕਾਲਜ ਹੈ, ਸੋ ਤੁਸੀਂ ਧੀਆਂ ਲਈ ਕੀ ਸੰਦੇਸ਼ ਦੇਣਾ ਚਾਹੋਗੇ? ਮੈਂ ਇੱਕ ਪਿਤਾ ਵੀ ਹਾਂ ਲੜਕੀ ਦਾ, ਇੱਕ ਅਧਿਆਪਕ ਵੀ ਹਾਂ। ਲੜਕੀਆਂ ਬਾਰੇ ਮੇਰੇ ਮਨ 'ਚ ਬੜਾ ਬਹੁਤ ਸੂਖਮ ਅਹਿਸਾਸ ਰਹਿੰਦਾ ਜਦੋਂ ਮੈਂ ਲੜਕੀਆਂ ਬਾਰੇ ਸੋਚਦਾ, ਤਾਂ ਮੇਰੀ ਆਪਣੀ ਧੀ ਦਾ ਚਿਹਰਾ ਮੇਰੇ ਮੂਹਰੇ ਆ ਜਾਂਦਾ। ਅਤੇ ਮੈਂ ਸ਼ੁਰੂ ਤੋਂ ਜਦੋਂ ਮੈਂ ਟੀਚਰ ਨਹੀਂ ਵੀ ਸੀ ਉਦੋਂ ਵੀ ਇਹ ਸੋਚਦਾ ਸੀਗਾ ਕਿ ਮੇਰੀ ਆਪਣੀ ਜਿਹੜੀ ਪਤਨੀ ਆ ਉਹ ਵੀ ਜੋਬ 'ਚ ਨੇ। ਉਹਨਾਂ ਸਮਿਆਂ 'ਚ ਜੋਬ 'ਚ ਆਏ ਜਦੋਂ ਸਾਡੇ ਪਰਿਵਾਰਾਂ 'ਚ ਕੁੜੀਆਂ ਜੋਬ 'ਚ ਨਹੀਂ ਸੀ ਆਉਂਦੀਆਂ, ਅਤੇ ਮੈਂ ਇਹ ਸੋਚਦਾ ਸੀ ਵੀ ਜਿਹੜੀਆਂ ਕੁੜੀਆਂ ਨਵੇਂ ਯੁੱਗ ਵਿੱਚ, ਕੁੜੀਆਂ ਇੱਕ ਤਰ੍ਹਾਂ ਹਰ ਖੇਤਰ 'ਚ ਆਪਣਾ ਵੱਖਰੀ ਪਛਾਣ ਰੱਖ ਰਹੀਆਂ, ਵੱਖਰੀ ਸਮਰੱਥਾ ਰੱਖ ਰਹੀਆਂ ਕੁੜੀਆਂ। ਅਸਲ 'ਚ ਇਹ ਸਮਝੋ ਵੀ ਕੁੜੀਆਂ, ਮੈਨੂੰ ਲੱਗਦਾ ਵੀ ਚਿੜੀਆਂ ਨਹੀਂ ਹੈਗੀਆਂ, ਕੁੜੀਆਂ ਚਿੜੀਆਂ ਨਹੀਂ ਹੈਗੀਆਂ, ਈਡੀਅਮ ਜਿਹੜਾ ਇਹ ਬਦਲਣ ਦੀ ਲੋੜ ਹੈ। ਕੁੜੀਆਂ ਅਸਲ 'ਚ ਜੁਝਾਰੂ ਨੇ, ਅਡਾਰੂ ਨੇ, ਨਵੇਂ ਅੰਬਰ ਤਲਾਸ਼ ਰਹੀਆਂ, ਨਵੀਆਂ ਧਰਤੀਆਂ ਜਿਹੜੀਆਂ ਉਹ ਛੋਹ ਰਹੀਆਂ। ਸੋ ਕੁੜੀਆਂ ਬਾਰੇ ਸੋਚਦਿਆਂ ਮੈਨੂੰ, ਮੈਂ ਆਪਣੀ ਧੀ ਦਾ ਨਾਮ ਪਰਵਾਜ ਰੱਖਿਆ ਸੀ, ਪਰਵਾਜ ਦਾ ਮਤਲਬ ਵੀ ਉਡਾਨ ਤੋਂ, ਅਤੇ ਇਸ ਕਰਕੇ ਮੈਨੂੰ ਲੱਗਦਾ ਵੀ ਕੁੜੀਆਂ ਜਿਹੜੀਆਂ ਨਵੀਂ ਪਰਵਾਜ ਭਰ ਰਹੀਆਂ, ਕੁੜੀਆਂ ਮਤਲਬ ਆਪਣੇ ਲਈ ਸਪੇਸ ਲੱਭ ਰਹੀਆਂ, ਅਤੇ ਇੱਕ ਤਰ੍ਹਾਂ ਉਹਨਾਂ ਨੇ ਸਪੇਸ ਲੱਭ ਵੀ ਲਈ ਹੈ। ਵਿਸ਼ਵ ਪੱਧਰ ਤੱਕ ਕੁੜੀਆਂ ਦਾ ਬੜਾ ਵੱਡਾ ਨਾਂ ਆ। ਕੁੜੀਆਂ ਹੁਣ ਉਹ ਮੱਧ ਯੁੱਗ ਵਾਲੀਆਂ ਕੁੜੀਆਂ ਨਹੀਂ ਰਹੀਆਂ, ਸਮਰੱਥ ਹੈ ਕੁੜੀਆਂ, ਅਤੇ ਕੁਛ ਈਡੀਅਮ ਬਦਲਣ ਦੀ ਲੋੜ ਹੈ, ਲਿਟਰੇਚਰ ਵਿੱਚ ਵੀ ਲਿਖੇ ਹੋਏ ਵੀ, ਜਿਹੜੀ ਈਡੀਅਮ ਬਦਲਣ ਦੀ ਵੀ ਲੋੜ ਹੈ। ਉਹ ਨਵਾਂ ਮੁਹਾਵਰਾ ਕੁੜੀਆਂ ਘੜ ਰਹੀਆਂ ਆਪਣੇ ਆਪ, ਅਤੇ ਮੈਨੂੰ ਲੱਗਦਾ ਕਿ ਜਿਹੜਾ ਨਵਾਂ ਯੁੱਗ ਆ ਨਾ, ਆਉਣ ਵਾਲਾ ਸਮਾਂ ਜਿਹੜਾ ਲੜਕੀਆਂ ਦਾ ਹੋਏਗਾ। ਬਤੌਰ ਅਧਿਆਪਕ ਮੈਂ ਕਲਾਸਾਂ 'ਚ ਦੇਖਦਾ ਰਿਹਾ ਬੱਚਿਆਂ ਦੀ ਗਿਣਤੀ ਜਦੋਂ ਕਰਦੇ ਸੀ, ਅਤੇ ਨੰਬਰ 1, ਨੰਬਰ 2, ਨੰਬਰ 3 'ਤੇ ਆਉਣ ਵਾਲੀਆਂ ਕੁੜੀਆਂ ਹੁੰਦੀਆਂ ਸੀ, ਅਤੇ ਮੁੰਡੇ ਫਿਰ ਸ਼ੁਰੂ ਹੁੰਦੇ ਸੀ, ਗਿਣਤੀ ਪੱਖੋਂ ਵੀ ਅਤੇ ਗੁਣਾਤਮਕ ਪੱਖੋਂ ਵੀ। ਕੁੜੀਆਂ ਲਈ ਬਹੁਤ ਸਾਰੀਆਂ ਅਸੀਸਾਂ, ਦੁਆਵਾਂ, ਇਹ ਧੀਆਂ ਇਸ ਤਰ੍ਹਾਂ ਅਡਾਰੀਆਂ ਭਰਨ, ਉੱਚੀਆਂ ਉੱਡਣ। ਬਹੁਤ ਸ਼ੁਕਰਗੁਜ਼ਾਰ ਹਾਂ ਤੁਸੀਂ ਸਾਨੂੰ ਇੰਨੀਆਂ ਅਸੀਸਾਂ ਦਿੱਤੀਆਂ। ਸਰ, ਹੁਣ ਤੁਸੀਂ ਆਪਣੀ ਕੁਝ ਮਨਪਸੰਦ ਕਵਿਤਾਵਾਂ ਦੇ ਕੁਝ ਬੋਲ ਸਾਡੇ ਨਾਲ ਸਾਂਝੇ ਕਰ ਦਿਓ, ਸਾਡੀ ਛੋਟੀ ਜਿਹੀ ਰਿਕੁਐਸਟ ਹੈ ਤੁਹਾਡੀ। ਮੈਨੂੰ ਕਵਿਤਾਵਾਂ ਯਾਦ ਨਹੀਂ ਰਹਿੰਦੀਆਂ, ਪਰ ਮੈਂ ਫਿਰ ਵੀ ਕੋਸ਼ਿਸ਼ ਕਰਦਾ ਵੀ ਮੈਂ ਇੱਕ ਦੋ ਚੀਜ਼ਾਂ ਤੁਹਾਡੇ ਨਾਲ ਸਾਂਝੀਆਂ ਕਰਦਾ। ਨਾ ਮੈਂ ਬੁੱਲਾ, ਨਾ ਮੈਂ ਦੁੱਲਾ, ਨਾ ਹਾਂ ਜੁੰਮੇ ਸ਼ਾਹ। ਨਾ ਮੈਂ ਬੁੱਲਾ, ਨਾ ਮੈਂ ਦੁੱਲਾ, ਨਾ ਹਾਂ ਜੁੰਮੇ ਸ਼ਾਹ। ਸਦਮੇ ਮਾਰੇ ਦੌਰ ਦਾ ਇੱਕ ਗੂੰਗਾ ਜਿਹਾ ਗਵਾਹ। ਇੱਕ ਦੋ ਸ਼ੇਰ ਹੋਰ ਤੁਹਾਡੇ ਨਾਲ ਸਾਂਝੇ ਕਰਾਂਗਾ। ਰੁੱਖ 'ਤੇ ਪੱਤਾ ਨਹੀਂ, ਰੁੱਖ 'ਤੇ ਪੱਤਾ ਨਹੀਂ, ਸਿਰ 'ਤੇ ਸਿਖਰ ਦੁਪਹਿਰ, ਕਿਹਦੀ ਛਾਵੇਂ ਜਾ ਬਹਿ, ਧੁੱਪ 'ਚ ਸੜਦਾ ਸ਼ਹਿਰ। ਮੈਨੂੰ ਲੱਗਦਾ ਕਿ ਇਹਨਾਂ ਗੱਲਾਂ ਨਾਲ ਤੁਹਾਡਾ ਸਰ ਬਹੁਤ ਹੀ ਖੂਬਸੂਰਤ ਅਤੇ ਡੂੰਘੀ ਲਾਈਨਾਂ ਤੁਸੀਂ ਸਾਡੇ ਨਾਲ ਸ਼ੇਅਰ ਕੀਤੀਆਂ। ਸਰ, ਇੱਕ ਕੁਐਸਚਨ ਮੈਂ ਹੋਰ ਪੁੱਛਣਾ ਚਾਹੂੰਗੀ ਕਿ ਅੱਜ ਕੱਲ੍ਹ ਜੋ ਸਮਾਜ ਦੇ ਹਾਲਾਤ ਨੇ, ਕੀ ਅੱਗੇ ਜਾ ਕੇ ਬਦਲਣਗੇ? ਬਿਲਕੁਲ ਬਿਲਕੁਲ, ਸਮਾਜ ਹਮੇਸ਼ਾ ਬਦਲਦਾ, ਇਹ ਕਦੀ ਨਹੀਂ ਹੁੰਦਾ ਕਿ ਪ੍ਰੋਸੈਸ ਜਿਹੜਾ ਸਮਾਜਿਕ ਬਦਲਾਅ ਦਾ ਬੜਾ ਹੌਲੀ ਆ। ਮੈਂ ਤਾਂ ਬੜਾ ਯਕੀਨ ਰੱਖਿਆ ਇਸ ਗੱਲ 'ਚ, ਇਸ ਯਕੀਨ ਨਾਲ ਹੀ ਮੈਨੂੰ 60 ਸਾਲ ਪੂਰੇ ਹੋ ਗਏ ਮੇਰੇ, ਅਤੇ ਪਿਛਲੇ 40 ਸਾਲ ਤੋਂ ਜੋ ਮੈਂ ਕਵਿਤਾ ਲਿਖ ਰਿਹਾ ਅਤੇ ਬਦਲਾਅ ਦੀ ਉਮੀਦ ਨਾਲ ਲਿਖ ਰਿਹਾ। ਮੈਂ ਇਹ ਸੋਚ ਰਿਹਾ ਕਿ ਜਦੋਂ ਮੈਂ ਜਵਾਨ ਸੀ ਅਤੇ ਮੈਂ ਉਦੋਂ ਸੋਚਿਆ ਸੀਗਾ ਕਿ ਦੁਨੀਆ ਬਦਲੀ ਜਾ ਸਕਦੀ ਹੈ, ਫਿਰ ਮੈਂ ਹੌਲੀ ਹੌਲੀ ਸੋਚਣਾ ਸ਼ੁਰੂ ਕੀਤਾ ਵੀ ਦੁਨੀਆ ਦਾ ਪ੍ਰੋਸੈਸ ਤਾਂ ਬਹੁਤ ਹੌਲੀ ਹੈ ਪਰ ਥੋੜ੍ਹਾ ਥੋੜ੍ਹਾ ਆਪਣੇ ਆਪ ਨੂੰ ਬਦਲਿਆ ਜਾ ਸਕਦਾ।
पर हुण मैं बदलाव जिहड़ा है वो देख रहा समाज में बदलाव जिहड़ा बड़ी धीमी गति नाल आउंदा है साडी समय च यह कहना चाहिए कि साडे खास तौर ते पंजाब विच जिहड़े समाजिक बदलाव आ इहदे लई कोई समाजिक अंदोलन जिस तरह महाराष्ट्र में चलते रहे जां तमिल च चलता रहा इस तरह का कोई समाजिक अंदोलन नहीं हैगा पर फिर भी चेंज आ रही है। सो जे किते ना किते राजनीतिक अंदोलन की थां समाजिक अंदोलन चाहे वह लड़कियां दे हकों प्रति होवे चाहे घट गिणतियां दे हकों प्रति होवे चाहे वह दलतों के हकों प्रति होवे जे इस तरह का कोई समाजिक अंदोलन जिहड़ा चलेगा तो यह बदलाव जिहड़ा है उहदी गति तेज़ भी हो सकती है पर यह नहीं कह सकते कि बदलाव नहीं आएगा संभावना है संभावना रख के चलना चाहिए उम्मीदा कायम रखनिया चाहिए। सो मैं इस उम्र च भी मतलब सटवा धक्का मैं लगता मैं जो मतलब कुछ साल होर जो काम करना है सो उम्मीद है भी मैं अपने जीवन च यह बदलाव जिहड़ा है जरूर देखूंगा। सर साडे लई बहुत ही माण वाली गल है कि तुसीं HMB दे वेड़े आए हो साडी असीसां दित्तियां तुसीं ते असीं उम्मीद करदे हां कि इंज ही तुहाडे HMB दे नाल संबंध होर संघने हुंदे जाण। बहुत बहुत शुक्रिया सर तुहाडा साडे नाल जुड़न लई ते मेरे दर्शकां नूं भी बहुत बहुत शुक्रिया साडे नाल जुड़न लई। उम्मीद करदे हां कि इंज ही समाज बदलदा रहे धीआं दे पक्ष विच ते आपां जल्द ही मिलांगे अगले इंटरव्यू विच। तुसीं वेखदे रहो HMBMCVP चैनल। धन्नवाद।